यार बड़ा तेज नेटवर्क है तेरे वाल साहब दा। वो एक हफ्ते जी पक्की कुड़ी लभ ली सू ते होर की इत्थे लोकां नू 15-15 साल हो गए ने दाढ़ी रंगी जांदे ने पक्के नहीं हो सके। चाचा तेनू कहन डई खलो जा। ओ करनैल ओ तू एक 15,000 च पक्की कुड़ी दी गल कीती सी ऐ कर 10,000 दे हिसाब नाल 2 लभ दे हाँ सिरे दोवें मुंडे पक्के करवा दिए। बुटे हाँ मैं तेरी भरजाई महंगी नहीं ले ली कोनी किस्तां करा लांगे। भाई मेरा एक यार है ऐसा आला शहर होया भाई जेड़ा भी गाना लिखिया ना सुपर हिट होया ते मैं ते ऐसे लखारी भी वेखे ने जिन्ना लिख लिख कापियां कालियां करती है ते गाना एक भी बार नहीं आया। इत्थे इहो जे लोकी जिन्हां नूं इन्ना टाइम हो गया बाहर आया नूं हाले भी चौंक चेंज खलोते होंदे जिवें चूही दे चाकू वज्जा हुंदा। इह चूही मैनूं कहा सूं साडे तो चूही तू ही है मैनूं कहा सूं चूही चौंक च तुसीं खलोंदे हो साडे पिंड इक डोली आई लम कर दिंदे डोल दी ते इत्थे 15-15 साल हो गए ने ਕੋਈ ਬੀਟ ਦੂਜੀ ਆਉਂਦੀ ਨਹੀਂ। ਲੈ ਬੀਟਾਂ ਤੇ ਮੈਂ ਸਾਰੀਆਂ ਵਜਾ ਸਕਦਾ ਬਟ ਮੈਂ ਤੀਲੀ ਪਤਾ ਨਹੀਂ ਕਿੱਥੇ ਰੱਖ ਬੈਠਾ। ਚਾਚਾ ਇੱਥੇ ਕਿਤੇ ਪਈ ਹੋਣੀ ਆ ਬੈੱਡ ਬੁੱਡ ਤੇ ਵੇਖ ਲਾ। ਓਏ ਤੀਲੀ ਫੇਰ ਮੈਨੂੰ ਕਿਹਾ ਸੂ ਸਾਡੇ ਤਾਂ ਤੀਲੀ ਤੂੰ ਹੀ ਹੈ। ਓਏ ਮੈਨੂੰ ਕਿਹਾ ਸੂ ਬੈੱਡ ਤੇ ਤੁਸੀਂ ਪਏ ਹੋ ਆ ਲੋਕੀ ਇੱਥੇ ਦੱਸਦੇ ਨੇ ਕਿ ਸਾਡੇ ਵਾਲ ਸਾਹਿਬ ਦਾ ਪਿੱਛੇ ਬਰਫ਼ ਦਾ ਕਾਰਖਾਨਾ ਉਹ ਬਾਵੇਂ ਉੱਥੇ ਬਰਫ਼ ਦੇ ਗੋਲੇ ਵੇਚਦਾ ਹੋਵੇ। ਯਾਰ ਇੱਥੇ ਬਰਫ਼ ਵਾਲਾ ਸੂਆ ਵੇਖਿਆ ਜੀ ਉਹ ਵੀ ਮੈਨੂੰ ਲੱਗਦਾ ਬੈੱਡ ਤੇ ਹੀ ਪਿਆ। ਅੱਲਾ ਦੀ ਕਸਮ ਤੈਨੂੰ ਆਖਿਆ ਸੂ ਮੈਨੂੰ ਕਿਹਾ ਸੂ ਹਾਂਜੀ ਕੁਛ ਲੋਕ ਹੀ ਕੋਈ ਬੰਦੇ ਮਾਸੂਮ ਜੇ ਨੂੰ ਜੁਗਤਾਂ ਕਰੀ ਜਾਂਦੇ ਨੇ ਅੰਨੇ ਹੋ ਗਏ ਉਹ ਬਾਕੀ ਮਟੀਰੀਅਲ। ਯਾਰ ਇੱਥੇ ਬਰਫ਼ ਵਾਲਾ ਸੂਆ ਵੇਖਿਆ ਜੀ ਉਹ ਵੀ ਮੈਨੂੰ ਲੱਗਦਾ ਬੈੱਡ ਤੇ ਹੀ ਪਿਆ। ਅੱਲਾ ਦੀ ਕਸਮ ਤੈਨੂੰ ਆਖਿਆ ਸੂ ਮੈਨੂੰ ਕਿਹਾ ਸੂ ਹਾਂਜੀ ਕੁਛ ਲੋਕ ਹੀ ਕੋਈ ਬੰਦੇ ਮਾਸੂਮ ਜੇ ਨੂੰ ਜੁਗਤਾਂ ਕਰੀ ਜਾਂਦੇ ਨੇ ਅੰਨੇ ਹੋ ਗਏ ਉਹ ਬਾਕੀ ਮਟੀਰੀਅਲ ਵੀ ਪਿਆ ਹੈ ਗੰਜੇ ਮੰਜੇ। ਚੁੱਪ ਫਿਰ ਕਹਿੰਦੇ ਬੂਟਾ ਗਾਣਾ ਕੱਢਦਾ ਮੇਰੇ ਵੱਲ ਧਿਆਨ ਜ਼ਰੂਰ ਕਰਾਉਣਾ ਤੁਸੀਂ ਚੁੱਪ ਕਰਕੇ ਸੌਂ ਜਾਓ ਤੁਸੀਂ ਤਾਂ ਨਿਕੰਮੇ ਹੋ ਸੁਬਾ ਉੱਠ ਕੇ ਮੂੰਹ ਚੁੱਕ ਕੇ ਤੁਸੀਂ ਕੰਮਾਂ ਤੇ ਚਲੇ ਜਾਣਾ ਸਾਰਾ ਦਿਨ ਏਡੀ ਮੁਸ਼ਕਲਾਂ ਮੈਂ ਵਿਹਲਿਆਂ ਰਹਿਣਾ। ਸਾਡੇ ਪਿੰਡ ਨਾ ਲੋਕੀ ਜਲਦੀ ਸੋ ਜਾਂਦੇ ਨੇ ਅੱਛਾ ਪੈਲਸ ਵਾਲੇ ਨੂੰ ਐਡਵਾਂਸ ਕਿੰਨਾ ਗਿਆ 50 ਤੇ ਸੁਨਿਆਰੇ ਨੂੰ 3 ਅੱਛਾ ਓਕੇ ਹਾਂ ਅੱਛਾ ਉਹਨੂੰ ਬੱਲੀ ਨੂੰ ਕਹੀਂ ਅੜ ਤੇ ਜਾ ਕੇ ਮੇਰੀ ਫੋਨ ਤੇ ਗੱਲ ਕਰਵਾਵੇ ਹਾਂ ਨਾਲੇ ਉਹ ਛੋਕੀ ਨਾਲ ਗੱਲ ਹੋਈ ਹੋਈ ਆ ਉਹਨੂੰ ਕੱਪੜੇ ਦਾ ਸਾਰਾ ਪੈਸਾ ਆਪਾਂ ਵਿਆਹ ਤੋਂ ਬਾਅਦ ਚ ਦੇਣਾ ਹਾਂ ਨਾਲੇ ਹਲਵਾਈਆਂ ਦੇ ਸਿਰ ਤੇ ਕੋ ਆਪਣਾ ਬੰਦਾ ਛੱਡਿਓ ਐਵੇਂ ਸਾਰਾ ਖੰਡ ਮਿੱਠਾ ਨਾ ਖਰਾਬ ਕਰੀ ਜਾਣਾ ਹਾਂ ਚੰਗਾ ਓਏ ਓਏ ਮੈਂ ਬਣਾਤਾ ਸਾਰਾ ਕੁਝ ਨਾਲੇ ਬਿੱਲੇ ਮੇਰੇ ਕੱਪੜੇ ਮਸ਼ੀਨ ਚ ਪਾ ਦੀ ਹੈ ਹਾਂ ਆ ਗੱਲ ਕਰਾਈ ਮੇਰੀ ਹਲਵਾਈ ਨਾਲ ਆਪਾਂ ਕਿਹੜਾ ਕਦੀ ਵਿਆਹ ਨਹੀਂ ਪਕਤਾਏ ਔਰ ਨਾਲੇ ਗੱਲ ਸੁਣ ਸਾਰੇ ਰਿਸ਼ਤੇਦਾਰਾਂ ਨੂੰ ਕਾਰਡ ਕੂਡ ਪਹੁੰਚਾਤੇ ਨਾ ਮਗਰੋਂ ਤੇਰੀਆਂ ਭੈਣਾਂ ਨਾ ਨੱਕ ਮੂੰਹ ਵੱਟਦੀਆਂ ਫਿਰਨ ਚੱਲ ਹੁਣ ਮੈਂ ਬਾਅਦ ਚ ਕਾਲ ਕਰੂੰਗਾ ਮੈਂ ਕੰਮ ਤੇ ਚੱਲਿਆ ਚੱਲ ਠੀਕ ਆ ਕਰਦੇ ਫਿਰ ਗੱਲ ਨਹੀਂ ਨਹੀਂ ਤੂੰ ਮਾਂ ਦਾ ਖਿਆਲ ਰੱਖ ਬਸ ਬਾਕੀ ਸਭ ਠੀਕ ਹੋ ਜਾਏਗਾ ਪਰੇਸ਼ਾਨ ਨਾ ਹੋ ਤੂੰ ਬਸ ਹੁਣ ਤੇ ਦਵਾਈਆਂ ਤੇ ਨੇ ਪੈਸੇ ਭੇਜ ਦਿਓ ਥੋੜੇ ਕੋ ਹੋਰ ਠੀਕ ਹੈ ਠੀਕ ਹੈ ਅਗਲੇ ਹਫਤੇ ਫੇਰ ਜਾਣਾ ਡਾਕਟਰ ਕੋਲ ਤੂੰ ਪਰੇਸ਼ਾਨੀ ਨਹੀਂ ਲੈਣੀ ਠੀਕ ਹੈ ਮਸ਼ੀਨ ਵਿਹਲੀ ਆ ਨਹੀਂ ਵਿੱਚ ਡੰਗਰ ਬੰਨੇ ਨੇ ਇਹਦੇ ਕੱਪੜੇ ਪਾਏ ਤੇ ਕੋਲ ਖਲੋਤਾ ਹੋਰ ਰੋਣ ਡਈ ਹੈ ਟਾਈਮ ਕਿੰਨਾ ਲੱਗੂਗਾ ਇਹ ਥੋੜੀ ਦੇਰ ਐਵੇਂ 5-7 ਘੰਟੇ ਉਹ ਆ ਜਾ ਯਾਰ ਸ਼ਾਮੀ ਪਾ ਲਾਂਗੇ ਧਿਆਨ ਰੱਖਿਓ ਜਿਵੇਂ ਪੁੱਤ ਮੇਰਾ ਬਰਾਤ ਆ ਜੇ ਤੇ